ਕਈ ਲੋਕਾਂ ਦਾ ਨਾ ਸੁਪਨਾ ਹੁੰਦਾ ਵੀ ਅਸੀਂ ਡੇਅਰੀ ਫਾਰਮ ਸਟਾਰਟ ਕਰੀਏ ਅਤੇ ਡੇਅਰੀ ਫਾਰਮ ਨੂੰ ਬਹੁਤ ਬੜੇ ਲੈਵਲ 'ਤੇ ਲੈ ਕੇ ਜਾਈਏ, ਬਹੁਤ ਮਤਲਬ ਵੀ ਜ਼ਿਆਦਾ ਮੈਸਾਂ ਰੱਖੀਏ ਵੀ 1,000, 2,000, 5,000 ਮੈਸਾਂ ਦਾ ਡੇਅਰੀ ਫਾਰਮ ਕਰੀਏ। ਬਟ ਜਦੋਂ ਵੀ ਕੰਮ ਸਟਾਰਟ ਕਰਦੇ ਨੇ ਨਾ, ਡੇਅਰੀ ਫਾਰਮਿੰਗ ਦੇ ਕੰਮ 'ਚ ਆਉਂਦੇ ਨੇ, ਤਾਂ ਜਦ ਪ੍ਰੋਬਲਮਸ ਆਉਂਦੀਆਂ ਨੇ ਨਾ, ਫਿਰ ਉਹ ਸੁਪਨੇ ਭੁੱਲ ਜਾਂਦੇ ਨੇ ਯਾਰ। ਜਦ ਵੀ ਆਪਾਂ ਕੋਈ ਬਿਜ਼ਨਸ ਸਟਾਰਟ ਕਰਦੇ ਹਾਂ ਨਾ, ਜਦ ਆਪਾਂ ਬਿਜ਼ਨਸ ਦੇ ਵਿੱਚ ਨਹੀਂ ਵੜਦੇ ਨਾ ਹਲੇ, ਆਪਾਂ ਨੂੰ ਮਤਲਬ ਵੀ ਉਹਦੇ ਸਾਰੇ ਪਲੱਸ ਪੁਆਇੰਟ ਪਤਾ ਹੁੰਦੇ ਨੇ, ਠੀਕ ਆ, ਆਪਾਂ ਨੂੰ ਸਾਰੀ ਉਹਦੀਆਂ ਵਧੀਆ ਚੀਜ਼ਾਂ ਪਤਾ ਹੁੰਦੀਆਂ ਨੇ, ਆਪਾਂ ਨੂੰ ਹੁੰਦਾ ਵੀ ਯਾਰ ਲੈ ਇਹ ਤਾਂ ਸੌਖਾ ਹੀ ਕੰਮ ਬਹੁਤ ਆ, ਮੈਂ ਤਾਂ ਮਤਲਬ ਵੀ ਆਰਾਮ ਨਾਲ ਕਰ ਲੂੰਗਾ, ਸਭ ਕੁਛ ਵਧੀਆ ਹੋ ਜੂਗਾ। ਬਟ ਜਦ ਆਪਾਂ ਬਿਜ਼ਨਸ ਸਟਾਰਟ ਕਰਦੇ ਹਾਂ ਨਾ, ਫਿਰ ਆਪਾਂ ਨੂੰ ਉਹਦੀ ਪ੍ਰੋਬਲਮਸ ਬਾਰੇ ਪਤਾ ਲੱਗਦਾ ਵੀ ਇਹ ਕੰਮ 'ਚ ਪ੍ਰੋਬਲਮਸ ਕੀ ਕੁਛ ਆਉਂਦੀਆਂ ਨੇ, ਕਿਹੜੀਆਂ ਮਤਲਬ ਵੀ ਪਰੇਸ਼ਾਨੀਆਂ ਦਾ ਆਪਾਂ ਨੂੰ ਸਾਹਮਣਾ ਕਰਨਾ ਪੈਂਦਾ, ਕਿਹੜੀ ਕੁਛ ਚੀਜ਼ਾਂ ਤੋਂ ਆਪਾਂ ਨੂੰ ਲੰਘਣਾ ਪੈਂਦਾ। ਅਤੇ ਡੇਅਰੀ ਫਾਰਮ 'ਚ ਵੀ ਮਤਲਬ ਵੀ ਕਾਫੀ ਪ੍ਰੋਬਲਮਸ ਆਉਂਦੀਆਂ ਨੇ ਜਦ ਆਪਾਂ ਡੇਅਰੀ ਫਾਰਮ ਸਟਾਰਟ ਕਰਦੇ ਹਾਂ ਨਾ। ਜਿਹੜਾ ਬੰਦਾ ਸਟਾਰਟ ਕਰਦਾ ਉਹਨੂੰ ਪਤਾ ਲੱਗਦਾ ਵੀ ਯਾਰ ਵਰਕਰ ਨਹੀਂ ਮਿਲ ਰਹੇ, ਲੇਬਰ ਨਹੀਂ ਮਿਲ ਰਹੀ, ਮਤਲਬ ਵੀ ਖਿਲਾਉਣਾ ਪਿਲਾਉਣਾ ਔਖਾ ਹੋ ਰਿਹਾ, ਮੈਂ ਸਾਨੂੰ ਸਾਂਭਣ ਵਾਲੇ ਬੰਦੇ ਨਹੀਂ ਮਿਲ ਰਹੇ, ਹੋਰ ਮਤਲਬ ਵੀ ਬਹੁਤ ਲੱਖਾਂ ਪ੍ਰੋਬਲਮ ਆਉਂਦੀਆਂ ਨੇ। ਤਾਂ ਜਿਹੜੀ ਇੱਕ ਮੇਜਰ ਪ੍ਰੋਬਲਮ ਆ ਨਾ, ਜਿਹੜੀ ਲੋਕਾਂ ਨੂੰ ਬੜਾ ਡੇਅਰੀ ਫਾਰਮ ਕਰਨ ਤੋਂ ਰੋਕਦੀ ਆ, ਉਹ ਹੈਗੀ ਆ ਲੇਬਰ ਦੀ ਪ੍ਰੋਬਲਮ, ਵਰਕਰਸ ਦੀ ਪ੍ਰੋਬਲਮ। ਲੋਕਾਂ ਨੂੰ ਹੁੰਦਾ ਯਾਰ ਮਤਲਬ ਵੀ ਸਾਨੂੰ ਇਹ ਛੋਟੇ ਕੰਮ 'ਚ ਨਹੀਂ ਹਜੇ ਵਰਕਰ ਮਿਲ ਰਹੇ, ਬੜੇ ਕੰਮ 'ਚ ਵਰਕਰ ਕਿਵੇਂ ਮਿਲਣਗੇ, ਹਜ਼ਾਰਾਂ ਮੈਸਾਂ ਆਪਾਂ ਕਿਵੇਂ ਸਾਂਭਾਂਗੇ, ਵਧੀਆ ਬੰਦੇ ਨਹੀਂ ਮਿਲਦੇ ਹੈਗੇ। ਅਤੇ ਮਤਲਬ ਵੀ ਇਹ ਸੋਚ ਬਹੁਤ ਹੁੰਦੀ ਆ, ਅਤੇ ਤਾਂ ਹੀ ਕਈ ਲੋਕ ਨਾ ਮਤਲਬ ਵੀ ਥੋੜ੍ਹੇ ਲੈਵਲ 'ਤੇ ਜਾ ਕੇ ਡੇਅਰੀ ਫਾਰਮ ਨੂੰ ਰੋਕ ਦਿੰਦੇ ਨੇ, ਉਹਦੀ ਗਰੋਥ ਨੂੰ ਰੋਕ ਦਿੰਦੇ ਨੇ ਵੀ ਯਾਰ 100 ਮੈਸਾਂ ਬਹੁਤ ਨੇ ਜਾਂ 200 ਮੈਸਾਂ ਬਹੁਤ ਨੇ, ਵੀ ਇੰਨੇ ਕੁ ਵਰਕਰਸ ਇਹਨੂੰ ਸਾਂਭੀ ਜਾਣਗੇ, ਇੰਨਾ ਕੁ ਬਹੁਤ ਆ, ਇਹ ਤੋਂ ਆਪਾਂ ਅੱਗੇ ਨਹੀਂ ਗਰੋ ਕਰਦੇ। ਬਟ ਜੇ ਤੁਸੀਂ ਮਤਲਬ ਵੀ ਹਜ਼ਾਰਾਂ ਲੈਵਲ 'ਤੇ ਜਾਣਾ ਚਾਹੁੰਦੇ ਹੋ, ਅਤੇ ਤੁਸੀਂ ਮਤਲਬ ਵੀ ਸੋਚਦੇ ਹੋ ਵੀ ਯਾਰ ਇੰਨੇ ਵਰਕਰ ਕਿੱਥੋਂ ਮਿਲਣਗੇ 1,000 ਮੈਸਾਂ ਨੂੰ ਸਾਂਭਣ ਵਾਸਤੇ, ਹੋਰ ਚੀਜ਼ਾਂ ਕਰਨ ਵਾਸਤੇ, ਤਾਂ ਤੁਹਾਨੂੰ ਨਾ ਇੱਕ ਕੋਨਸੈਪਟ ਸਮਝਾਉਂਦਾ। ਜਦ ਵੀ ਆਪਾਂ ਕੋਈ ਕੰਮ ਸਟਾਰਟ ਕਰਦੇ ਹਾਂ ਨਾ, ਸਟਾਰਟਿੰਗ 'ਚ ਨਾ ਕੋਸਟ ਬਹੁਤ ਜ਼ਿਆਦਾ ਹੋਊਗੀ ਆਪਣੀ ਅਤੇ ਪ੍ਰੋਫਿਟ ਘੱਟ ਹੋਊਗਾ। ਬਟ ਜਿਵੇਂ ਜਿਵੇਂ ਕੰਮ ਬੜੇ ਲੈਵਲ 'ਤੇ ਜਾਂਦਾ ਜਾਂਦਾ ਨਾ, ਆਪਣੀ ਕੋਸਟ ਘੱਟਦੀ ਜਾਂਦੀ ਆ, ਮਤਲਬ ਵੀ ਇਕਨੋਮੀਜ਼ ਆਫ ਸਕੇਲ ਕਹਿੰਦੇ ਇਹਨੂੰ, ਵੀ ਜਦ ਤੁਸੀਂ ਥੋਕ 'ਚ ਸਮਾਨ ਲੈਣਾ ਸਟਾਰਟ ਕਰ ਦਿੰਦੇ ਹੋ ਨਾ, ਥੋੜ੍ਹਾ ਖਰਚਾ ਆਉਣਾ ਘੱਟ ਜਾਂਦਾ। ਅਤੇ ਆਈ ਇਹ ਆ ਵੀ ਜਦ ਆਪਾਂ ਥੋੜ੍ਹੇ ਬੜੇ ਲੈਵਲ 'ਤੇ ਚੱਲ ਜਾਂਦੇ ਹਾਂ ਨਾ, ਆਪਾਂ ਨੂੰ ਵਰਕਰਸ ਦੀ ਰਿਕੁਆਇਰਮੈਂਟ ਵੀ ਘੱਟ ਜਾਂਦੀ ਆ, ਆਪਣਾ ਖਰਚਾ ਘੱਟਦਾ ਜਾਂਦਾ। ਕਿਵੇਂ ਘੱਟਦਾ ਜਾਂਦਾ? ਜੇ ਤੁਸੀਂ ਮਤਲਬ ਵੀ ਸਪੋਜ਼ ਕਰੋ 100 ਮੈਸਾਂ ਰੱਖੀਆਂ ਹੋਈਆਂ ਨੇ, ਤੁਸੀਂ ਵਰਕਰ 'ਤੇ ਡਿਪੈਂਡੈਂਟ ਹੋ, ਠੀਕ ਆ, ਬਟ ਹੁਣ 100 ਮੈਸਾਂ ਤੋਂ ਬਾਅਦ ਥੋੜ੍ਹਾ ਜਿੰਨਾ ਵੀ ਪ੍ਰੋਫਿਟ ਆ ਰਿਹਾ, ਤੁਸੀਂ ਉਹ ਪ੍ਰੋਫਿਟ ਐਸ਼ 'ਚ ਉਡਾਉਣ ਦੀ ਬਜਾਏ ਆਪਣਾ ਮਸ਼ੀਨਰੀ 'ਤੇ ਇਨਵੈਸਟ ਕਰਦੇ ਹੋ, ਉਹਨੂੰ ਮਤਲਬ ਵੀ ਫਾਰਮ ਨੂੰ ਹਾਈਟੈਕ ਬਣਾਉਂਦੇ ਹੋ, ਨਵਾਂ ਟੈਕਨੋਲੋਜੀ ਲੈ ਕੇ ਆਉਂਦੇ ਹੋ, ਬਾਹਰਲੇ ਦੇਸ਼ਾਂ 'ਚ ਘੁੰਮਦੇ ਹੋ, ਬਾਹਰਲੀ ਡੇਅਰੀ ਫਾਰਮਸ ਵਗੈਰਾ ਦੇਖਦੇ ਹੋ, ਇਟਲੀ ਵਗੈਰਾ ਜਾਂਦੇ ਹੋ, ਸਵਿਟਜ਼ਰਲੈਂਡ ਜਾਂਦੇ ਹੋ, ਹੋਰ ਜਗ੍ਹਾ 'ਤੇ ਜਾਂਦੇ ਹੋ, ਉੱਥੋਂ ਦੀ ਟੈਕਨੋਲੋਜੀ ਲੈ ਕੇ ਆਉਂਦੇ ਹੋ, ਫਿਰ ਤੁਹਾਨੂੰ ਪਤਾ ਲੱਗਦਾ ਯਾਰ ਵੀ ਬਾਹਰਲੇ ਫਾਰਮਸ 'ਚ ਵਰਕਰਸ ਹੈ ਹੀ ਨਹੀਂ ਗੇ, ਠੀਕ ਆ, ਵੀ ਉਹ ਇੰਨੇ ਫਾਰਮਸ ਨੂੰ, ਐਡੇ ਬੜੇ ਫਾਰਮਸ ਨੂੰ ਕਿਵੇਂ ਮੈਨੇਜ ਕਰ ਰਹੇ ਨੇ, ਕਿਵੇਂ ਮਤਲਬ ਵੀ ਸਾਂਭ ਰਹੇ ਨੇ, ਤਾਂ ਤੁਹਾਨੂੰ ਪਤਾ ਲੱਗਦਾ ਵੀ ਓਕੇ ਮਸ਼ੀਨਰੀ ਵੀ ਐਗਜ਼ਿਸਟ ਕਰਦੀ ਆ, ਮਸ਼ੀਨਰੀ ਵੀ ਹੈਗੀ ਆ, ਵਰਕਰਸ ਦੀ ਆਪਾਂ ਨੂੰ ਲੋੜ ਨਹੀਂ ਹੈਗੀ, ਸਿਰਫ ਇੰਡੀਆ 'ਚ ਆਪਾਂ ਵਰਕਰਸ 'ਤੇ ਡਿਪੈਂਡੈਂਟ ਇੰਨਾ, ਬਾਹਰਲੀ ਕੰਟਰੀਆਂ 'ਚ ਵਰਕਰਸ 'ਤੇ ਇੰਨਾ ਕੋਈ ਨਹੀਂ ਡਿਪੈਂਡੈਂਟ ਹੁੰਦਾ, ਮਤਲਬ ਵੀ 4-4, 5-5 ਜਣੇ 1,000 ਮੈਸਾਂ ਦੇ ਫਾਰਮ ਨੂੰ, 1,000 ਗਾਵਾਂ ਦੇ ਫਾਰਮ ਨੂੰ ਸਾਂਭੀ ਜਾਂਦੇ ਨੇ। ਤਾਂ ਜਦ ਆਪਾਂ ਥੋੜ੍ਹਾ ਜ਼ਿਆਦਾ ਕਮਾਉਣ ਲੱਗ ਜਾਂਦੇ ਹਾਂ ਨਾ, ਵਰਕਰਸ ਤੋਂ ਆਪਣੀ ਡਿਪੈਂਡੈਂਸੀ ਹਟਾ ਲਈਏ ਅਤੇ ਮਸ਼ੀਨਰੀ 'ਚ ਇਨਵੈਸਟ ਕਰਨ ਲੱਗ ਜਾਈਏ। ਹੁਣ ਜਿਵੇਂ ਮੇਰਾ ਟਾਰਗੇਟ ਇਹ ਆ ਵੀ 100 ਮਿਲਕਿੰਗ ਮੈਸਾਂ ਤੱਕ ਆਪਾਂ ਜਾਵਾਂਗੇ ਵਰਕਰਸ ਦੇ ਸਹਾਰੇ, ਜਦ ਧਾਰਾਂ ਵਗੈਰਾ ਕੱਢੇ ਕਰਨਗੇ, ਜਦ 10 ਕੁਇੰਟਲ ਦੇ ਦੁੱਧ ਪਹੁੰਚ ਗਿਆ ਨਾ, ਜਦ ਮਤਲਬ ਵੀ ਬਹੁਤ ਜ਼ਿਆਦਾ ਦੁੱਧ ਹੋਣ ਲੱਗ ਗਿਆ, ਸੋਹਣਾ ਪ੍ਰੋਫਿਟ ਹੋਣ ਲੱਗ ਗਿਆ, ਫਿਰ ਆਪਾਂ ਮਸ਼ੀਨਰੀ 'ਚ ਇਨਵੈਸਟ ਕਰਾਂਗੇ ਅਤੇ ਬਹੁਤ ਹੈਵੀਲੀ ਇਨਵੈਸਟ ਕਰਾਂਗੇ। ਲਾਈਕ ਮਸ਼ੀਨਰੀ 'ਚ ਮਤਲਬ ਵੀ ਵਰਕਰ ਦੀ ਮੇਨ ਪ੍ਰੋਬਲਮ ਆਪਾਂ ਨੂੰ ਕਿੱਥੇ ਆਉਂਦੀ ਆ? ਸਿਰਫ ਧਾਰਾਂ 'ਚ ਆਉਣ 'ਚ, ਠੀਕ ਆ, ਵੀ ਵਰਕਰ ਜਿਹੜੇ ਨੇ ਪ੍ਰੋਪਰ ਨਹੀਂ ਮਿਲਦੇ, ਜਿਹੜੇ ਵਧੀਆ ਮਤਲਬ ਵੀ ਤਰੀਕੇ ਨਾਲ ਧਾਰਾਂ ਕੱਢ ਸਕਣ ਮੈਸਾਂ ਦੀਆਂ। ਵੀ ਇੱਕ ਵਰਕਰ ਜੇ 10-12 ਮੈਸਾਂ ਸਾਂਭ ਲਵੇ ਤਾਂ ਵੀ ਆਪਾਂ ਨੂੰ 1,000 ਮੈਸਾਂ ਦੀ ਧਾਰਾਂ ਕੱਢਣ ਵਾਸਤੇ 100 ਵਰਕਰ ਚਾਹੀਦੇ ਨੇ, ਅਤੇ ਇੰਨੇ ਹੋ ਨਹੀਂ ਸਕਦੇ। ਬਟ ਜੇ ਆਪਾਂ ਇੱਕ ਮਿਲਕਿੰਗ ਪਾਰਲਰ ਲਵਾਉਂਦੇ ਹਾਂ ਜਿੱਥੇ 20 ਮਸ਼ੀਨਾਂ ਹੁੰਦੀਆਂ ਨੇ ਇਕੱਠੀਆਂ, ਤਾਂ ਉਹ 20 ਮੈਸਾਂ ਦੀਆਂ ਧਾਰਾਂ ਆਰਾਮ ਨਾਲ 5 ਮਿੰਟ 'ਚ ਕੱਢ ਦੂਗੀ ਮਸ਼ੀਨ ਉਹ ਬੜੀ। ਅਤੇ ਮੈਸਾਂ 'ਤੇ 20 ਮਿਲਕਿੰਗ ਮਸ਼ੀਨਾਂ ਲੱਗਦੀਆਂ ਨੇ, ਇਹ ਵੀ ਮਿਲਕਿੰਗ ਮਸ਼ੀਨਾਂ 'ਤੇ ਲਗਾਈਆਂ ਜਾ ਸਕਦੀਆਂ ਨੇ। ਮੈਂ ਕਾਫੀ ਵੀਡੀਓਜ਼ ਦੇਖਦਾ, ਮੈਂ ਬਾਹਰਲੀਆਂ ਬਹੁਤ ਵੀਡੀਓਜ਼ ਦੇਖਦਾ ਹੁੰਦਾ, ਇਟਲੀ ਵਗੈਰਾ ਦੀਆਂ, ਸਵਿਟਜ਼ਰਲੈਂਡ ਵਗੈਰਾ ਦੀਆਂ, ਤਾਂ ਬਾਹਰਲੇ ਕਈ ਮੈਸਾਂ ਦੇ ਫਾਰਮ ਬਹੁਤ ਵਧੀਆ ਹੁੰਦੇ ਨੇ, ਤਾਂ ਉਹ ਦੇਖ ਕੇ ਮੈਨੂੰ ਪਤਾ ਲੱਗਦਾ ਯਾਰ ਵੀ ਜੇ ਉੱਥੇ ਦੀਆਂ ਮੈਸਾਂ ਮਿਲਕਿੰਗ ਪਾਰਲਰ 'ਚ ਜਾਂਦੀਆਂ ਨੇ, ਆਪ ਧਾਰਾਂ ਕਢਵਾਉਂਦੀਆਂ ਨੇ, ਤਾਂ ਆਪਾਂ ਕਿਉਂ ਨਹੀਂ ਕਰ ਸਕਦੇ? ਆਪਾਂ ਵੀ ਕਰ ਸਕਦੇ ਹਾਂ। ਮੈਨੂੰ ਲੱਗਦਾ ਤਾਮਿਲਨਾਡੂ ਵਗੈਰਾ 'ਚ ਵੀ, ਉੱਧਰ ਸਾਊਥ ਵਗੈਰਾ 'ਚ ਵੀ ਇੱਕ ਫਾਰਮ ਹੈਗਾ ਜਿੱਥੇ ਡੀ ਲਿਵਾਲ ਕੰਪਨੀ ਆ ਇੱਕ, ਉਹਦੀਆਂ ਮਿਲਕਿੰਗ ਮਸ਼ੀਨਾਂ ਚੱਲਦੀਆਂ ਨੇ, ਅਤੇ ਉਹਨਾਂ ਦਾ ਵੀ ਮੈਸਾਂ ਦਾ ਫਾਰਮ ਆ, ਖੁੱਲ੍ਹਾ ਫਾਰਮ ਆ, ਆਪ ਹੀ ਮੈਸਾਂ ਜਾਂਦੀਆਂ ਨੇ ਧਾਰਾਂ ਕਢਵਾਉਣ, ਆਪ ਹੀ ਉੱਥੇ ਖੜ੍ਹਦੀਆਂ ਨੇ ਟਕਾਈ ਨਾਲ, ਆਪ ਹੀ ਮਤਲਬ ਵੀ ਮਸ਼ੀਨਾਂ ਵਰਕਰ ਲਗਾਉਂਦੇ ਨੇ। ਤਾਂ ਹੁਣ ਜਦ ਆਪਾਂ ਮਸ਼ੀਨਰੀ ਲੈ ਆਏ ਨਾ, ਤਾਂ 100-100 ਮੈਸਾਂ ਪਿੱਛੇ ਮਸਾਂ ਇੱਕ ਬੰਦਾ ਚਾਹੀਦਾ ਹੋਊਗਾ, 1,000 ਮੈਸਾਂ ਦਾ ਫਾਰਮ 10 ਬੰਦੇ ਆਰਾਮ ਨਾਲ ਸਾਂਭਣਗੇ। ਤਾਂ ਛੋਟੇ ਫਾਰਮ 'ਚ ਵੀ ਉਨੇ ਹੀ ਬੰਦੇ ਲੱਗਣਗੇ, ਬੜੇ ਫਾਰਮ 'ਚ ਵੀ ਉਨੇ ਹੀ ਬੰਦੇ ਲੱਗਣਗੇ, ਤਾਂ ਆਪਾਂ ਬੜਾ ਫਾਰਮ ਕਿਉਂ ਨਹੀਂ ਕਰਾਂਗੇ?
जी आप मशीनरी इनवैसट करते हूँ पुराने बड़े फार्म दस क्यों फेल होंगे ने क्योंकि वह टाइम के नाल बदलते नहीं है टैक्नोलॉजी नवी आने के नाल वो अपने आप को चेंज नहीं करते पुराने शैड बने होंगे ने 1940-50 के शैड बने हुए हैं उत्थे TMR किवें चलूगी उत्थे मिल्किंग मशीन किवें लगनगियां तो उन्होंने डिपेंडेंसी बहुत होंगी है लेबर के उत्ते वो प्रॉफिट में मतलब ही उड़ाई जाते हैं पहला ठीक है कदे गड्डी लै ली कदे घर पा लिया घूम लग गए ऐश कर लग गए मेरे हिसाब नाल ना बिजनेस के प्रॉफिट चो सिर्फ 10% आपां खाना चाहिए 90% वापस बिजनेस मतलब ही जान दो फिर तुम देखियो थोड़े सालों तक थोड़ा 10% भी इन्ना ज़्यादा अमाउंट बनूगी भी थो 10% भी नहीं खर्चे जाना जे आप वापस इनवैसट कर लगे तो बड़ा फार्म बनाने वास्ते वर्कर नहीं चाहिए बड़ा फार्म बनाने वास्ते अपन टैक्नोलॉजी चाहिए आ जिदन थोड़ा प्रॉफिट वधिया होने लग गया ना बहुत वधिया प्रॉफिट होने लग गया फिर तुम रिसर्च करनी स्टार्ट कर दो कंपनीज़ नाल गल करनी स्टार्ट कर दो बाहरले फार्म विजिट करने स्टार्ट कर दो जिथे मशीनरी है सारा काम ऑटोमैटिक आ भी वह फार्म किवें चलते ने उत्थे किवें चीज़ा होंदिया ने ते अपने फार्म नू पूरा हाईटैक रखो पूरा मतलब भी अप टू डेट रखो नवी टैक्नोलॉजी आ रही है उदा यूज़ करो नवे शैड बनाओ नवे तरीके दे शैड बनाओ भी अपनी लेबर तो डिपेंडेंसी बिल्कुल हट जाए भी जे 10 मैसा तो एक बंदा चाहिए होंगे ना स्टार्टिंग ते तां जाके 200-300 मैसा तो एक बंदा चाहिए होवे तुहानू भी प्रॉपर यह जे मतलब भी सिस्टम बनाओ यह जे गेट गुट बनाओ भी इतों मैसा निकलनगियाँ आए जाएगियाँ आए रेलिंग इतने चरनगियाँ इन्ना उन्हों का वधिया सिस्टम हो भी सारा कुछ ऑटोमैटिक हो भी बंदा बटन दबे गेट खुले होन है ना तारा मतलब एक मशीन जिमें हम पहले एक मशीन आदि होंगे सगिया जिड़िया जब आप चवाई कर दिता पाइपा थणा तो लाड़िया होंगे सगिया हूँ नवे रोबोट आते हैं मैं एक बारे फार्म से देखा सेड़े आप ही सेंस कर लेंगे ने भी थण कितने कि नहीं मैस दे गां के वो आप ही मतलब भी वो पाइपा ला देंगे थणते हूँ तुम देखो टैक्नोलॉजी कितनी एडवांस होंगी जा रही है तो आप एडवांस टैक्नोलॉजी का फायदा क्यों नहीं चकेंगे जो आप प्रॉफिट कमा रहे हैं जे सपोज़ करो तीस साल का की कहने 1 करोड़ रुपए प्रॉफिट कमाया ठीक है मेरे हिसाब नाल 10 लाख रुपए थोड़ा होना चाहिए अपने शौक पूरे करने वास्ते 90 लाख रुपए वापस फार्म च जाना चाहिए उन्होंने रीइनवैसट करने वास्ते नवे पशु खरीदने वास्ते नवी टैक्नोलॉजी लेके आने वास्ते जे तुसी 90 लाख रुपए वापस फार्म च पाता ना अगले साल जो थोड़ा ये 10% मिले ना भी 10 लाख रुपए मिले अगले साल थोड़ा प्रॉफिट 5 करोड़ से जाऊगा थोनू 10 लाख की बजाय अगले साल 50 लाख रुपए मिलेगा 10% जे तुसी रीइनवैसट करिए हूँ मेरे फादर साहब का कहना कहते जब खेती औखी सी जब खेती मतलब भी मशीनों नाल नहीं होंदी सी हत्थां नाल होंदी सी उदों तां लोग करी गए मतलब भी खेती नाल घुली गए जोर लाई गए होर करी गए हुण जब मशीनरी इन्नी सोहनी आ गई हुण जब टैक्नोलॉजी इन्नी एडवांस हो गई हुण लोग खेती छड्डदे जा रहे ने तो उही है भी जब कम सौखा हो रहा हुण टैक्नोलॉजी दे नाल आपां उहनूं क्यों नहीं टैक्नोलॉजी दे नाल करांगे तुसी देख लो जब मेरा फार्म हो गया ना हाईटेक बहुत वधिया हो गया मैं फार्म विजिट ओपन कर देनी आ लाइक हाले अपना फार्म नहीं आना सोना ठीक है ना मैं हुंदा थोड़ा होर वधिया करके होर वधिया बना के फिर ये फार्म विजिट वगैरह करानी स्टार्ट करांगे लोगों की हाले मैं काफ़ी मैसेजेस आते हैं थोड़ा फार्म देखना होर यार अपना फार्म हाले देखने जोगा है नहीं गा इन्ना कोई मॉडर्न फार्म नहीं है बट जिदन बहुत हाईटेक बना लिया मशीनरी वगैरह आ गई मिल्किंग पार्लर वगैरह लग गए मैं उदन खोल देना लोगों वास्ते भी देखो अपना देख के बनाओ जे तुम बना ते मेरा टारगेट यही है भी 100 मिल्किंग मैसा तक लेबर यूज़ करांगे वो तो बाद आपा वर्कर यूज़ नहीं करने वो तो बाद आपा मिल्किंग पार्लर वगैरह सैटअप करांगे बड़े शैड बनावांगे ऑटोमैटिक शैड बनावांगे मेरा ना एक ये सुपना भी मैं ना टैंपरेचर कंट्रोल शैड बनाने ने भी जिन्ना क मैनू टैंपरेचर चाहिए होगा ना उन्ना टैंपरेचर रखना जिन्ना क मैं सू मतलब भी परफेक्ट टैंपरेचर आ भी वह प्रैगनेंट आराम नाल हो सकन ठीक है तो मतलब भी दुध ज़्यादा देन होर कर जिमें बाहरले घर हुंदा पूरा घर ना टैंपरेचर कंट्रोल हुंदा तुसी एक टैंपरेचर सैट कर दो उन्ने टैंपरेचर ते ही पूरा घर रहूगा मैं वो सिस्टम मतलब भी लैके आना अपने फार्म्स वगैरह वास्ते तो वो सिस्टम सैटअप करना क्योंकि हौली हौली की होगा जिहड़ा अपना गोहा होगा गोहे दे नाल आपां इलैक्ट्रिसिटी बनानी स्टार्ट कर देंगे तो जब गोहे दे नाल इलैक्ट्रिसिटी बनानी स्टार्ट कर देंगे फिर इलैक्ट्रिसिटी तो फ्री वर्गी हो जानी है फिर टैंपरेचर कंट्रोल शैड बनावेंगे मिल्किंग पार्लर बनावेंगे होर मेरे सपने बहुत बड़े ने हले लोगों हवा च गल्लां लगदियां होनियां बट इन्नी छेती हुंदा नहीं ना हुण सोच आ हुण सोच मैं थोनों आए थोड़ा ना कर सकता अज दस के कल काम पूरा करदा हुण इह सोच नूं पूरा होने वास्ते 4-5-10 साल लगनगे बड़े सोच कदे ना कदे पूरी होगी तो बड़े फार्म वास्ते ज़्यादा वर्कर नहीं चाहिए बड़े फार्म वास्ते मशीनरी चाहिए है तो सारी मशीनरी ऑटोमैटिक होंगी आ बाहरले फार्म्स है एग्जिस्ट करते हैं दुनिया के ऐसे फार्म्स जिथे मैसा भी है तो सारा काम मशीनरी तो हों 4-4-5-5 हज़ार मैसा 4-4-5-5 हज़ार पशु सिर्फ 20 बंदे सामने ने
ਸ਼ਾਇਦ 20 ਵੀ ਨਹੀਂ ਹੋਣੇ, ਫੈਮਿਲੀ ਮੈਂਬਰਸ ਹੀ ਸਾਂਭਦੇ ਨੇ ਬਾਹਰ ਤਾਂ ਨਾ। ਮਤਲਬ ਵੀ ਜਿਹੜੇ ਵਰਕਰਸ ਬਹੁਤ ਘੱਟ ਅਪੁਆਇੰਟ ਕਰਦੇ ਨੇ, ਜਿਹੜੀ ਫੈਮਿਲੀ ਹੁੰਦੀਆਂ ਨੇ ਜਿਹੜੀ ਫਾਰਮਿੰਗ 'ਚ ਹੁੰਦੀਆਂ ਨੇ, ਫੈਮਿਲੀ ਦੇ ਸਾਰੇ ਮੈਂਬਰ ਸਾਂਭਦੇ ਹੁੰਦੇ ਨੇ ਫਾਰਮ ਵਗੈਰਾ ਨੂੰ, ਤਾਂ ਇਹ ਚੀਜ਼ਾਂ ਹੈਗੀਆਂ ਨੇ। ਟੈਨਸ਼ਨ ਨਾ ਲਓ ਵੀ ਕਿਵੇਂ ਹੋਊਗਾ, ਬੜੇ ਫਾਰਮ ਵਾਸਤੇ ਵਰਕਰਸ ਕਿੱਥੋਂ ਮਿਲਣਗੇ, ਵਰਕਰਸ ਦੀ ਲੋੜ ਨਹੀਂ ਪੈਣੀ। ਅਤੇ ਇੱਕ ਗੱਲ ਹੋਰ, ਜਦ ਆਪਾਂ ਥੋੜ੍ਹੇ ਬੜੇ ਲੈਵਲ 'ਤੇ ਚੱਲ ਜਾਂਦੇ ਹਾਂ ਨਾ, ਬੜੇ ਫਾਰਮ ਦੇ ਲੈਵਲ 'ਤੇ ਚੱਲ ਜਾਂਦੇ ਹਾਂ, ਫਿਰ ਆਪਾਂ ਨੌਕਰੀਆਂ ਵਧੀਆ ਦੇ ਸਕਦੇ ਹਾਂ। ਹੁਣ ਇੱਥੋਂ ਲੋਕ ਇਟਲੀ ਵਗੈਰਾ ਕਿਉਂ ਭੱਜਦੇ ਨੇ, ਉੱਥੇ ਫਾਰਮ 'ਤੇ ਕੰਮ ਕਿਉਂ ਕਰਨ ਜਾਂਦੇ ਨੇ, ਕਿਉਂਕਿ ਉੱਥੇ ਤਨਖਾਹਾਂ ਵਧੀਆ ਮਿਲਦੀਆਂ ਨੇ। ਇੰਡੀਆ ਦਾ ਮਤਲਬ ਵੀ ਆਲਮੋਸਟ 80-90 ਹਜ਼ਾਰ ਰੁਪਏ ਜਾਂ 40-50 ਹਜ਼ਾਰ ਰੁਪਏ ਬਚਦਾ, ਜੇ ਤੁਸੀਂ ਉਨੀ ਤਨਖਾਹਾਂ ਇੱਥੇ ਦੇਣ ਲੱਗ ਜਾਓਗੇ ਜਿਹੜੀ ਆਪਾਂ ਦੇ ਸਕਦੇ ਹਾਂ, ਕਿਉਂਕਿ ਪ੍ਰੋਫਿਟ ਵਧੀਆ ਹੋਣ ਲੱਗ ਜੂਗਾ। ਤਾਂ ਇੱਥੇ ਵੀ ਵਰਕਰ ਤੁਹਾਡੇ ਕੋਲ ਭੱਜੇ ਆਉਣਗੇ, ਡਿਗਰੀਆਂ ਵਾਲੇ ਬੱਚੇ ਭੱਜੇ ਆਉਣਗੇ ਤੁਹਾਡੇ ਕੋਲ, ਜੇ ਤੁਸੀਂ 50-60 ਹਜ਼ਾਰ ਰੁਪਏ ਦੇ ਰਹੇ ਹੋ ਮਹੀਨੇ ਦਾ, ਅਤੇ ਉਨਾ ਕੁ ਆਪਾਂ ਅਫੋਰਡ ਕਰ ਸਕਦੇ ਹਾਂ ਬੜੇ ਲੈਵਲ 'ਤੇ ਜਾ ਕੇ। ਜੇ ਤੁਸੀਂ 1000 ਮੈਸਾਂ 'ਤੇ ਮਤਲਬ ਵੀ ਸਿਰਫ 10 ਬੰਦੇ ਹੀ ਰੱਖਣੇ ਨੇ, ਤਾਂ 10 ਬੰਦੇ ਤੁਸੀਂ ਪੂਰੇ ਇੰਟੈਲੀਜੈਂਟ ਰੱਖ ਸਕਦੇ ਹੋ, ਜਿਹੜੇ ਸਾਂਭ ਸਕਣ, ਮਿਲਕਿੰਗ ਪਾਰਲਰ ਯੂਜ਼ ਕਰ ਸਕਣ, ਹੋਰ ਚੀਜ਼ਾਂ ਕਰ ਸਕਣ, ਪ੍ਰੋਪਰ ਪੜ੍ਹੇ ਲਿਖੇ ਬੱਚੇ। ਅਤੇ ਜੇ ਉਹਨਾਂ ਨੂੰ 50-60 ਹਜ਼ਾਰ ਰੁਪਏ ਮਿਲ ਰਿਹਾ ਮਹੀਨੇ ਦਾ, ਉਹ ਕਿਉਂ ਮਤਲਬ ਵੀ ਕੰਮ ਨਹੀਂ ਕਰਨਗੇ, ਜਾਂ ਹੱਥੀਂ ਕੋਈ ਕੰਮ ਨਹੀਂ ਕਰਦਾ, ਸਿਰਫ ਮਸ਼ੀਨਾਂ ਹੀ ਫਿੱਟ ਕਰਨੀਆਂ ਨੇ, ਤਾਂ ਬਾਅਦ 'ਚ ਆਪਾਂ ਨੂੰ ਮਤਲਬ ਵੀ ਇੰਪਲੋਈਜ਼ ਵਗੈਰਾ ਬਹੁਤ ਵਧੀਆ ਮਿਲ ਜਾਇਆ ਕਰਨਗੇ। ਇਹ ਟੈਨਸ਼ਨ ਨਾ ਲਓ, ਜੇ ਤੁਹਾਡੇ ਮਨ 'ਚ ਹੈਗਾ ਨਾ ਵੀ ਯਾਰ ਸਿਰਫ ਵਰਕਰਸ ਕਰਕੇ ਮੈਂ ਆਪਣਾ ਕੰਮ ਨੂੰ ਨਹੀਂ ਵਧਾ ਰਿਹਾ, ਵਰਕਰਸ ਨੂੰ ਉੱਥੇ ਤੱਕ ਯੂਜ਼ ਕਰੋ ਜਿੱਥੇ ਤੱਕ ਤੁਹਾਡਾ ਪ੍ਰੋਫਿਟ ਵਧੀਆ ਆ ਜਾਵੇ, 100-150-200 ਮੈਸਾਂ ਤੱਕ ਵਰਕਰਸ ਯੂਜ਼ ਕਰੋ, ਇੰਨੇ ਕੁ ਤਾਂ ਆਪਾਂ ਨੂੰ ਮਿਲ ਜਾਂਦੇ ਨੇ, 10-15 ਬੰਦੇ ਤਾਂ ਆਰਾਮ ਨਾਲ ਮਿਲ ਜਾਂਦੇ ਨੇ। ਅਤੇ ਇੱਕ ਬੰਦਾ 12 ਮੈਸਾਂ ਦੀ ਆਰਾਮ ਨਾਲ ਧਾਰਾਂ ਕੱਢ ਲੈਂਦਾ, ਜੇ ਵਧੀਆ ਬੰਦਾ ਤਾਂ 15 ਮੈਸਾਂ ਨਹੀਂ ਕੱਢ ਲੈਂਦਾ, ਤਾਂ 100 ਮੈਸਾਂ ਵਾਸਤੇ ਆਪਾਂ ਨੂੰ ਬਸ 10 ਬੰਦੇ ਚਾਹੀਦੇ ਨੇ ਧਾਰਾਂ ਕੱਢਣ ਵਾਲੇ, ਅਤੇ ਇੰਨੇ ਕੁ ਤਾਂ ਆਰਾਮ ਨਾਲ ਮਿਲ ਜਾਂਦੇ ਨੇ। ਅਤੇ ਜਦ 100 ਮੈਸਾਂ 'ਤੇ ਚਲੇ ਗਏ, ਠੀਕ ਆ, ਦੁੱਧ 10 ਕੁਇੰਟਲ ਪਲੱਸ ਹੋਣ ਲੱਗ ਗਿਆ, ਪ੍ਰੋਫਿਟ ਵਧੀਆ ਹੋਣ ਲੱਗ ਗਿਆ, ਫਿਰ ਮਸ਼ੀਨਰੀ 'ਤੇ ਮਸ਼ੀਨਰੀ 'ਤੇ ਇਨਵੈਸਟ ਕਰੋ, ਅਤੇ ਹੈਵੀਲੀ ਇਨਵੈਸਟ ਕਰੋ, ਫਾਰਮ ਨੂੰ ਵਧੀਆ ਬਣਾਓ, ਹਾਈਟੈਕ ਬਣਾਓ, ਟਾਈਮ ਨਾਲ ਚੇਂਜ ਕਰੋ, ਅਤੇ ਤੁਸੀਂ ਦੇਖਿਓ ਮਤਲਬ ਵੀ ਕਿੰਨਾ ਘੈਂਟ ਕੰਮ ਕਰ ਹੁੰਦਾ ਜਾਊਗਾ। ਤਾਂ ਇਹ ਆਪਣੀ ਅੱਜ ਦੀ ਵੀਡੀਓ ਸੀ, ਵਧੀਆ ਲੱਗੀ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਅਤੇ ਜੇ ਤੁਸੀਂ ਚੈਨਲ 'ਤੇ ਪਹਿਲੀ ਵਾਰ ਆਏ ਨਵੇਂ ਆਏ ਤਾਂ ਸਬਸਕ੍ਰਾਈਬ ਕਰ ਦਿਓ। ਥੈਂਕ ਯੂ ਸੋ ਮੱਚ ਜੀ ਵੀਡੀਓ ਦੇਖਣ ਵਾਸਤੇ, ਥੈਂਕ ਯੂ ਜੀ।